पंजाब ते दुनिया भर विच वसदे पंजाबी हो, जदों असीं दिल्ली मोर्चे विच बैठे सी तां तुहाडियां दो इच्छावां साडे सामने आ रहियां सन। इक तां मोर्चा जित्तिया जावे, दूजा मोर्चा जित्तण तों बाद पंजाब विच राजनीति च आए निगार नूं जो गंदमंद रवायती पार्टियां ने फैलाया ओनू दूर करन दा काम भी असीं करीए। असीं आके इक संयुक्त समाज मोर्चा बनाया जिस विच असीं समाज दे हर वर्ग नूं शामिल कर रहे हां और असीं चोणां लड़न दा फैसला कीता। हुण जदों चोणां लड़न जा रहे हां तां मुख जिहड़ा निशाना है ओह पंजाब दी राजनीति चों गंद कढ़न दा निशाना है, पंजाब नूं नवें सिरे लीह ते लिआउण दा निशाना है। पंजाब जिहड़ा अज करजे दे जाल च फसिआ जिथे ना कोई रुजगार है ना लोकां लई चंगीआं सिहत सहूलतां ने ना सिख्या है ना खेती वालिआं दा कोई चज हाल है ना मजदूर महंगाई तों मार थले आके चंगी जिंदगी जी रहा है। इस लई इह सारिआं समस्यावां दे हल लई असीं संयुक्त समाज मोर्चे दे नां ते सारे पंजाब विच अपने उम्मीदवार खड़े करन जा रहे हां। हुण बहुत सारे जिन्हां लोकां ने इत्थे गंद पाया ओह तरहां तरहां दे शोशे छड्ड के इस मोर्चे नूं बदनाम करन दी गल करदे ने या फिर ओह इह कोशिश करदे ने कि जी मोर्चे वालिआं नूं तां इस कम्म च आउणा ही चाहीदा। ते हुण मैं सारे उहनां भरावां नूं इक सवाल करदा जिहड़े गंद कढणा चाहुंदे सी, जिहड़े चाहुंदे सी कि असीं उत्थों आ के इस कम्म दे विच शामिल होईए, तां अज उहनां दा फर्ज़ बणदा कि ओह मैदान विच निकलण। देखो पंजाब विच जिन्नी पोलिटिकल करप्शन है उन्नी ओह जिहड़ी प्रशासनिक करप्शन है। रेता बजरी 25,000 करोड़ रुपए का बिजनेस है, साडे खजाने विच 400 करोड़ आउंदा है। शराब का बिजनेस 55 तों 60 हज़ार करोड़ का है, ਸਾਡੇ ਖਜ਼ਾਨੇ 1700 ਕਰੋੜ ਆਉਂਦਾ। ਟਰਾਂਸਪੋਰਟ ਦੇ ਵਿਚ 15,000 ਕਰੋੜ ਰੁਪਏ ਦਾ ਘਪਲਾ ਹੈ ਜਿਹੜਾ ਲੋਕਾਂ ਦਾ ਪੈਸਾ ਹੈ, ਉਹ ਇਹ ਸਾਰਾ ਪੋਲੀਟੀਕਲ ਲੋਕਾਂ ਦੇ ਆ ਉਹਨਾਂ ਦੇ ਚੇਤਿਆਂ ਦੇ ਘਰਾਂ ਵਿਚ ਜਾਂਦਾ। 1 ਲੱਖ ਕਰੋੜ ਰੁਪਇਆ ਸਾਲ ਦਾ ਘੱਟੋ ਘੱਟ ਇਸ ਤਰ੍ਹਾਂ ਦਾ ਪੋਲੀਟੀਕਲ ਕਰਪਸ਼ਨ ਦਾ, ਔਰ ਇਹੋ ਵਜ੍ਹਾ ਜਿਹੜੀ ਪ੍ਰਸ਼ਾਸਨਿਕ ਕਰਪਸ਼ਨ ਉਹ ਵੱਖਰੀ, ਇਹੋ ਵਜ੍ਹਾ ਪੋਲੀਟੀਕਲ ਲੋਕ ਇੱਥੇ ਪੈਸਾ ਕਮਾਉਣ ਲਈ ਆਉਂਦੇ ਨੇ ਲੋਕਾਂ ਦੀ ਸੇਵਾ ਲਈ ਨਹੀਂ। ਇਹ ਗੰਦ ਕੱਢਣਾ ਜ਼ਰੂਰੀ ਹੈ। ਅੱਜ ਹਰ ਵਰਗ ਦੁਖੀ ਹੈ, ਸਮਾਜ ਦਾ ਗਰੀਬ ਤੋਂ ਗਰੀਬ ਔਰ ਹਰ ਦੁਕਾਨਦਾਰ ਵਪਾਰੀ ਕਿਸਾਨ ਮਜ਼ਦੂਰ ਸਾਰੇ ਚਾਹੇ ਕੋਈ ਅਸੀਂ ਦੇਖਦੇ ਹਾਂ ਕਿਸ ਤਰ੍ਹਾਂ ਦਾ ਜੀਵਨ ਇੱਥੇ ਪੰਜਾਬ ਦਾ ਹੋ ਗਿਆ। ਹਰ ਰੋਜ਼ ਸਾਡੇ ਬੱਚਿਆਂ ਤੇ ਡਾਂਗਾਂ ਪੈਂਦੀਆਂ, ਬੇਰੁਜ਼ਗਾਰੀ ਹੈ, ਸਾਡੇ ਬੱਚੇ ਬਾਹਰ ਨੂੰ ਭੱਜੇ ਜਾਂਦੇ ਨੇ, ਉਹਨਾਂ ਨੂੰ ਇੱਥੇ ਆਪਣਾ ਭਵਿੱਖ ਨਜ਼ਰ ਨਹੀਂ ਆ ਰਿਹਾ। ਆਈਲੈਟਸ ਕਰਕੇ ਜਿੰਨੇ ਕੰਪੀਟੀਸ਼ਨ ਲੜਨ ਵਾਲੇ ਬੱਚੇ ਨੇ, ਫਰਟਾਈਲ ਬਰੇਨ ਵਾਲੇ ਬੱਚੇ ਨੇ, ਉਹ ਸਾਰੇ ਬਾਹਰ ਜਾ ਰਹੇ ਨੇ ਤੇ ਨਾਲ ਇੱਥੋਂ 50 ਲੱਖ ਰੁਪਇਆ ਫੀਸਾਂ ਦਾ ਵੀ ਲੈ ਕੇ ਚਲੇ ਜਾਂਦੇ ਨੇ। ਇਹ ਸਮਾਂ ਆ ਗਿਆ ਵੀ ਅੱਜ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਐਡਰੈਸ ਕਰਨ ਲਈ ਇਕੱਠੇ ਹੋ ਕੇ ਲੜੀਏ। ਕੁਛ ਲੋਕ ਇਹ ਸ਼ੋਸ਼ਾ ਛੱਡ ਰਹੇ ਨੇ ਕਿ ਜੀ ਇਹ ਤਾਂ ਆਟਾ ਦਾਲ ਸਕੀਮ ਬੰਦ ਕਰ ਦੇਣਗੇ। ਭਲੇ ਮਾਣਸੋ, ਅਸੀਂ ਐਸੈਂਸ਼ੀਅਲ ਕਮੋਡਿਟੀਜ਼ ਐਕਟ ਵਿਚ ਰੱਖ ਕੇ ਉਹਦੀ ਲੜਾਈ ਲੜੀ, ਇਹਦੇ ਨਾਲ ਇਹ ਸਾਰਾ ਕੁਝ ਬੰਦ ਹੋ ਜਾਣਾ ਸੀ ਜੇ ਅਸੀਂ ਇਹ ਲੜਾਈ ਨਾ ਲੜਦੇ। 3 ਕਾਨੂੰਨਾਂ ਵਿਚ ਐਸੈਂਸ਼ੀਅਲ ਕਮੋਡਿਟੀਜ਼ ਐਕਟ ਦੀ ਅਮੈਂਡਮੈਂਟਸ ਵੀ ਆਉਂਦੀਆਂ ਨੇ। ਇਸ ਤਰ੍ਹਾਂ ਦੇ ਬਹਿਕਾਵੇ ਵਿਚ ਨਾ ਆਓ, ਅੱਜ ਲੋੜ ਹੈ ਸਾਰੇ ਇਕੱਠੇ ਹੋ ਕੇ ਲੜੀਏ ਔਰ ਇਕੱਠੇ ਹੋ ਕੇ ਇਸ ਗੰਦ ਨੂੰ ਕੱਢੀਏ। ਬਹੁਤ ਗੰਦ ਹੈ ਪੰਜਾਬ ਵਿਚ ਜਿੱਥੇ ਤੁਸੀਂ ਬੇਬਸ ਹੋ ਕੇ ਚੱਲ ਰਹੇ ਹੋ। ਤੋ ਅੱਜ ਸਮਾਂ ਜੇ ਯਾ ਸਾਨੂੰ ਨਾ ਤੁਸੀਂ ਮਜਬੂਰ ਕੀਤਾ ਹੁੰਦਾ, ਅਸੀਂ ਆਪਣੇ ਘਰਾਂ ਵਿਚ ਆ ਕੇ ਬੈਠਣਾ ਸੀ। ਕੀ ਤੁਸੀਂ ਇਹੀ ਚਾਹੁੰਦੇ ਹੋ ਕਿ ਜਦੋਂ ਕਿਤੇ ਕੋਈ ਨਵਾਂ ਕਾਨੂੰਨ ਬਣ ਜਾਏ ਜਿਹੜਾ ਲੋਕਾਂ ਦਾ ਜਿਉਣਾ ਦੂਬਰ ਕਰਦੇ, ਉਹਦੀ ਲੜਾਈ ਲੜਨ ਲਈ ਇੱਕ ਕਿਸਾਨ ਮੋਰਚਾ ਖੜਾ ਰਹੇ? ਕੀ ਤੁਸੀਂ ਇਹ ਚਾਹੁੰਦੇ ਹੋ ਕਿ ਜਦੋਂ ਕੀ ਇਹ ਨਹੀਂ ਚਾਹੁੰਦੇ ਕਿ ਜਦੋਂ ਕਿਸਾਨ ਜਿਹੜੇ ਨੇ ਜਾਂ ਮਜ਼ਦੂਰ ਜਾਂ ਸਮਾਜ ਦੇ ਬਾਕੀ ਦੇ ਸਾਰੇ ਵਰਗ ਮਿਲ ਕੇ ਜਿਨ੍ਹਾਂ ਦਾ ਜਿਉਣਾ ਦੂਬਰ ਹੋਇਆ, ਅਸੀਂ ਮਿਲ ਕੇ ਇਹ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਆਪਣੇ ਹੱਥ ਚ ਵਿਧਾਨ ਸਭਾ ਚ ਜਾ ਕੇ ਸਭ ਕੁਝ ਲੈ ਕੇ ਕਾਨੂੰਨ ਬਣਾਈਏ। ਮੇਰੀ ਸਾਰਿਆਂ ਨੂੰ ਅਪੀਲ ਹੈ, ਇਦਾਂ ਦੀਆਂ ਜਿਹੜੀਆਂ ਸੁਰਲੀਆਂ ਛੱਡੀਆਂ ਜਾ ਰਹੀਆਂ ਨੇ ਪੋਲੀਟੀਕਲ ਪਾਰਟੀਆਂ ਨੂੰ, ਉਹਨਾਂ ਨੂੰ ਆਪਣਾ ਭਵਿੱਖ ਡਾਵਾਂਡੋਲ ਨਜ਼ਰ ਆਉਣ ਲੱਗਾ। ਉਹ ਫਸੇ ਹੋਏ ਨੇ, ਉਹਨਾਂ ਨੂੰ ਪਤਾ ਜੋ ਉਹਨਾਂ ਨੇ ਕਾਲੇ ਕਾਰਨਾਮੇ ਕੀਤੇ ਨੇ ਕਿ ਉਹ ਹੁਣ ਚੱਲਣ ਵਾਲੇ ਨਹੀਂ, ਉਹ ਬਹੁਤ ਸਾਰੇ ਸ਼ੋਸ਼ੇ ਛੱਡਣਗੇ। ਮੇਰੀ ਸਾਰਿਆਂ ਨੂੰ ਅਪੀਲ ਹੈ ਸਾਰੀ ਸਥਿਤੀ ਨੂੰ ਸਮਝ ਕੇ ਸੰਯੁਕਤ ਕਿਸਾਨ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰਾਂ ਨੂੰ ਆਪਣਾ ਵੋਟ ਦਿਓ। ਵੋਟ ਹੀ ਨਹੀਂ ਦਿਓ, ਸਮਰਥਨ ਦਿਓ। ਸਾਡੇ ਕੋਲ ਕੁਝ ਵੀ ਨਹੀਂ, ਉਹਨਾਂ ਦੇ ਕੋਲ ਸਭ ਕੁਝ ਹੈ। ਉਹਨਾਂ ਕੋਲ ਕਰੋੜਾਂ ਅਰਬਾਂ ਰੁਪਈਆ ਖਰਚਣ ਲਈ, ਸਾਡੇ ਕੋਲ ਉਹ ਵੀ ਨਹੀਂ। ਉਹਨਾਂ ਕੋਲ ਇੱਕ ਢਾਂਚਾ ਤਿਆਰ ਕੀਤਾ ਹੋਇਆ ਚੋਣਾਂ ਲੜਨ ਦਾ, ਅਸੀਂ ਉਹ ਵੀ ਹਾਲੇ ਤੱਕ ਤਿਆਰ ਨਹੀਂ ਕੀਤਾ। ਅਸੀਂ ਲੇਟ ਹਾਂ,
ਸਾਡਾ ਚੋਣ ਨਿਸ਼ਾਨ ਵੀ ਹਲੇ ਆਉਣਾ ਹੈ ਤਾਂ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਇਹ ਸਾਰੇ ਵਿੱਚ ਤੁਹਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਆਪਣਾ ਹੱਥ ਵਟਾਈਏ ਸਾਰੇ ਇਕੱਠੇ ਹੋ ਕੇ ਇੱਕ ਲਹਿਰ ਖੜੀ ਕਰੋ ਸਾਰੇ ਪੰਜਾਬ ਦੇ ਵਿੱਚ ਜਿਹੜੇ ਇਕੱਠੇ ਹੋ ਕੇ ਗੰਦ ਨੂੰ ਕੱਢੀਏ ਧੰਨਵਾਦ।